ਹਰ ਪਿੰਡ ਦੇ ਵਿੱਚ ਅੱਜ ਕੱਲ੍ਹ ਇਹੀ ਸਮੱਸਿਆ ਕਿ ਝੋਨੇ ਨੂੰ ਜਿਹੜੀ ਪਰਾਲੀ ਨੂੰ ਕਿਵੇਂ ਸਾਂਭਿਆ ਜਾਵੇ। ਤਾਂ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਮਸ਼ੀਨਾਂ ਜਿਹੜੀਆਂ ਆਈਆਂ ਹੋਈਆਂ ਨੇ ਪਿੰਡਾਂ ਦੇ ਵਿੱਚ, ਅਤੇ ਇਹ ਝੋਨੇ ਦੀਆਂ ਗੱਠਾਂ ਜਿਹੜੀਆਂ ਬਣਾ ਕੇ ਆਪਾਂ ਦੇਖ ਸਕਦੇ ਗੱਠਾਂ ਬਣਾਈਆਂ ਹੋਈਆਂ ਨੇ। ਅਤੇ ਪਿੰਡ ਦੇ ਵਿੱਚੋਂ ਜਿਹੜੇ ਲੋਕ ਕਿਸਾਨ ਨੇ ਉਹਨਾਂ ਤੋਂ ਕਿਸੇ ਵੀ ਕਿਸਮ ਦਾ ਕੋਈ ਪੈਸਾ ਨਹੀਂ ਲਿਆ ਜਾਂਦਾ, ਅਤੇ ਇਹ ਖੁਦ ਹੀ ਜਿਹੜੀਆਂ ਮਸ਼ੀਨਾਂ ਨੇ ਇਹ ਆਪ ਆ ਕੇ ਪਰਾਲੀ ਦੀ ਗੱਠਾਂ ਬੰਨ੍ਹਦੀਆਂ ਨੇ। ਅਤੇ ਇਹਦੇ ਨਾਲ ਇੱਕ ਫਾਇਦਾ ਪੰਜਾਬ 'ਚ ਬਹੁਤ ਹੈ ਕਿ ਜਿਹੜੀ ਝੋਨੇ ਨੂੰ ਆਪਾਂ ਬਹੁਤ ਜ਼ਿਆਦਾ ਅੱਗ ਲਾਉਂਦੇ ਹਾਂ ਪਰਾਲੀ ਨੂੰ, ਉਹਦੇ ਕਰਕੇ ਪੋਲਿਊਸ਼ਨ ਵੀ ਹੋ ਰਿਹਾ ਅਤੇ ਕਿਸਾਨਾਂ ਦੀ ਜ਼ਮੀਨ ਵੀ ਖਰਾਬ ਹੋ ਰਹੀ ਹੈ। ਤਾਂ ਇਹ ਤਰ੍ਹਾਂ ਦੀ ਮਸ਼ੀਨਾਂ ਨੇ ਜੇਕਰ ਕਿਸਾਨ ਇਹਨਾਂ ਦੀ ਵਰਤੋਂ ਕਰਦੇ ਨੇ ਤਾਂ ਬਹੁਤ ਜ਼ਿਆਦਾ ਜਿਹੜਾ ਪੰਜਾਬ ਦੇ ਵਿੱਚ ਅੱਗ ਲਾਉਣ ਤੋਂ ਬਚਾਅ ਹੋ ਸਕਦਾ। ਵੈਸੇ ਇਹ ਪਿੰਡ ਹੁਣ ਸਲੌਦੀ ਹੈ ਅਤੇ ਇੱਥੇ ਇਹ ਮਸ਼ੀਨ ਕਰ ਰਹੀ ਹੈ ਕੰਮ ਆਪਣਾ। ਅਤੇ ਸਰਦਾਰ ਸਾਹਿਬ, ਜਿਵੇਂ ਇਹ ਤੁਹਾਡੇ ਪਿੰਡ ਦੇ ਵਿੱਚ ਮਸ਼ੀਨ ਲੱਗੀ ਹੋਈ, ਟਰੈਕਟਰ ਵੀ ਕਾਫੀ ਵੱਡਾ, ਵੈਸੇ ਆਮ ਕਿਸਾਨ ਤਾਂ ਚਲੋ ਐਡੀ ਵੱਡੀ ਮਸ਼ੀਨਰੀ ਨਹੀਂ ਖਰੀਦ ਸਕਦੇ, ਪਰ ਇਹ ਮਸ਼ੀਨਾਂ ਫਿਰ ਕਿਹਨਾਂ ਵੱਲੋਂ ਪ੍ਰੋਵਾਈਡ ਕਰਾਈਆਂ ਗਈਆਂ ਨੇ, ਅਤੇ ਇਹ ਜਿਹੜੀ ਪਰਾਲੀ ਆ ਕਿਸਾਨਾਂ ਤੋਂ ਤਾਂ ਕੁਛ ਪੈਸਾ ਲੈਂਦੇ ਨੇ, ਕੀ ਹਿਸਾਬ ਕਿਤਾਬ ਹੈ ਜੀ ਜਿਹਦਾ? ਇਹ ਪਰਾਲੀ ਗਰੁੱਪ ਬਣਾ ਕੇ ਲੈ ਰਹੇ ਨੇ, ਜਿਹੜਾ ਇਹ ਬੇਲਰ ਲੱਤੇ ਨੇ ਜੀ, ਅਤੇ ਇਹ ਕਿਸਾਨਾਂ ਤੋਂ ਇਹ ਤਾਂ ਕੋਈ ਪੈਸਾ ਨਹੀਂ ਲੈ ਰਹੇ ਜੀ, ਇਹ ਪੈਸਾ ਇਹ ਫ੍ਰੀ ਚੱਕ ਰਹੇ ਨੇ ਜੀ। ਅਤੇ ਆਪਾਂ ਨੂੰ ਤਾਂ ਸਾਡੇ ਲੋਕਾਂ ਤਾਂ ਆਇਆ ਜੀ ਵੀ ਬਸ ਪਰਾਲੀ ਚੱਕ ਹੋਵੇ ਖੇਤ ਦੇ ਵਿੱਚੋਂ, ਬਸ ਇਹਦਾ ਹੱਲ ਹੋਵੇ ਵੀ ਅੱਗ ਲਾਉਣ ਤੋਂ ਬਸ ਬਚਿਆ ਜਾਵੇ ਜਿਵੇਂ ਮਰਜ਼ੀ, ਇਹ ਕਾਰਨ ਆ ਜੀ ਇਹਦਾ। ਅਤੇ ਕਰਕੇ ਫਿਰ ਕਿੰਨੇ ਹੁਣ ਜਿਵੇਂ ਹੁਣ ਪਿੰਡ ਤਾਂ ਕਾਫੀ ਇਕੱਠੇ ਹੋ ਜਾਂਦੇ ਨੇ, ਹੁਣ ਜਿਵੇਂ ਮਸ਼ੀਨਾਂ ਦੀ ਕਾਫੀ ਵੱਡੀ ਆ, ਤਾਂ ਆਮ ਕਿਸਾਨ ਦੇ ਦੋ ਤਿੰਨ ਕਿੱਲੇ ਨੇ, ਤਾਂ ਫਿਰ ਇਹੋ ਜਿਹੀ ਕੋਈ ਇਹਨਾਂ ਦੀ ਹੈ ਕੋਈ ਸ਼ਰਤ ਵੀ ਹਾਂ ਜੇ ਇੰਨੇ ਹੀ ਜ਼ਮੀਨ ਤੁਸੀਂ ਸਾਨੂੰ ਦਿਉਂਗੇ, ਇੰਨੇ ਕਿੱਲੇ ਦਿਉਂਗੇ ਪਰਾਲੀ ਦੇ ਤਾਂ ਹੀ ਅਸੀਂ ਆਵਾਂਗੇ? ਨਹੀਂ, ਸ਼ਰਤ ਕੋਈ ਨਹੀਂ ਜੀ, ਇਹਨਾਂ ਨੇ ਦੋ ਪਿੰਡ ਲਿੱਤੇ ਹੋਏ ਨੇ ਜੀ ਵੀ ਇਹ ਦੋ ਪਿੰਡਾਂ 'ਚੋਂ ਪਰਾਲੀ ਅਸੀਂ ਚੱਕਾਂਗੇ। ਆਪਣੇ ਪਿੰਡ ਦੋ ਪਿੰਡਾਂ ਨੇ ਇਕੱਠਾ ਹੋ ਕੇ ਜ਼ਮੀਨ ਦਿੱਤੀ ਸੀ ਇਹਨਾਂ ਨੂੰ ਵੀ ਗੱਠਾਂ ਰੱਖਣ ਵਾਸਤੇ ਇਹ। ਅੱਛਾ। ਅਤੇ ਉਹ ਗੱਠਾਂ ਜਿਹੜੀ ਜ਼ਮੀਨ ਦੇ ਪੈਸੇ ਦੇਣੇ ਨੇ ਪਿੰਡਦਿਆਂ ਨੇ ਇਕੱਠੇ ਹੋ ਕੇ, ਇਹਨਾਂ ਨੂੰ ਕੋਈ ਪੈਸਾ ਨਹੀਂ ਜੀ। ਜ਼ਮੀਨ ਚਾਹੇ ਇੱਕ ਕਿੱਲਾ ਹੋਵੇ ਚਾਹੇ 50 ਕਿੱਲੇ, ਹੁਣ ਸਾਰਿਆਂ ਦੇ ਜਾ ਕੇ ਚੱਕਣੀ ਹੈ ਜੀ ਇਹਨਾਂ ਨੇ। ਇਹ ਇਹਨਾਂ ਦਾ ਜਾਣੀ ਸਾਰੇ ਪਿੰਡ ਦਾ ਹੀ ਇਹਨਾਂ ਦਾ ਲੱਤਾ ਹੋਇਆ ਜੀ, ਨੇ ਇਹਨੇ ਪੈਸੇ ਦਿੱਤੇ ਹੋਏ ਨੇ ਜੀ ਉਹਨਾਂ ਨੂੰ ਜ਼ਮੀਨ ਵਾਲੇ ਬੰਦੇ ਨੂੰ। ਆਹ ਜਿਹੜੀਆਂ ਫਿਰ ਗੱਠਾਂ ਇਹਨਾਂ ਨੇ ਬਣਾ ਕੇ ਕਾਫੀ ਰੱਖ ਦੀਆਂ ਹੋਈਆਂ ਨੇ, ਤਾਂ ਇਹਨੂੰ ਫਿਰ ਕਿਤੇ ਨਾ ਕਿਤੇ ਤੁਹਾਨੂੰ ਪਤਾ ਵੀ ਇਹਨੂੰ ਵੇਚਦੇ ਨੇ ਕਿਸਾਨ ਨੂੰ, ਤਾਂ ਫਿਰ ਕੋ ਜਿਵੇਂ ਕਹਿੰਦੀ ਫਸਲ ਭਾਵੇਂ ਖੇਤ 'ਚੋਂ ਆਪਾਂ ਕੋਈ ਵੀ ਕੱਢਦੇ ਹਾਂ ਤਾਂ ਉਹਦਾ ਮੁੱਲ ਮਿਲ ਜਾਂਦਾ, ਪਰ ਪਰਾਲੀ ਦਾ ਹੁੰਦਾ ਵੀ ਚਲੋ ਸਾਡੀ ਪਰਾਲੀ ਚੱਕ ਲਓ ਸਾਤੋਂ ਭਾਵੇਂ ਕੁਛ ਨਾ ਲਓ। ਇਸ ਦੇ ਉਲਟ ਜੇਕਰ ਆਪਾਂ ਕਹਿ ਦਈਏ ਬਾਣੀਆ ਕੌਮ ਦੀ ਗੱਲ ਕਰੀਏ ਤਾਂ ਇੱਕ ਜੇ ਟੋਫੀ ਵੀ ਆਪਾਂ ਉਹਨਾਂ ਤੋਂ ਲੈਂਦੇ ਹਾਂ ਨਾ ਤਾਂ ਉਹਦਾ ਪੈਸਾ ਵੀ ਜੁੜ ਕੇ ਜਾਂਦਾ, ਯਾਨੀ ਕਿ ਫ੍ਰੀ ਨਹੀਂ ਕੁਛ ਦਿੰਦੇ, ਪਰ ਕਿਸਾਨ ਇਹ ਪਰਾਲੀ ਨੂੰ ਹੁਣ ਫ੍ਰੀ ਚੁਕਾ ਰਿਹਾ। ਤਾਂ ਕੀ ਤੁਹਾਨੂੰ ਲੱਗਦਾ ਨਹੀਂ ਵੀ ਤਾਂ ਮੁੱਲ ਵੀ ਮਿਲਣਾ ਚਾਹੀਦਾ ਜੇਕਰ ਇੰਨੇ ਜਿਨ੍ਹਾਂ ਨੇ ਇੰਨੀ ਮਸ਼ੀਨਰੀ 'ਤੇ ਪੈਸਾ ਖਰਚਿਆ ਹੋਇਆ ਤਾਂ ਉਹਨਾਂ ਨੂੰ ਵੀ ਤਾਂ ਕਿਤੇ ਨਾ ਕਿਤੇ ਇਹਦੇ ਵਿੱਚੋਂ ਫਾਇਦਾ ਹੋ ਹੀ ਰਿਹਾ, ਤਾਂ ਫਿਰ ਇਹਦਾ ਕਿਸਾਨ ਨੂੰ ਪੈਸਾ ਮਿਲਣਾ ਚਾਹੀਦਾ ਕਿ ਫ੍ਰੀ ਦੇ ਵਿੱਚ ਹੀ ਚਲੋ ਕਿਸਾਨ ਖੁਸ਼ ਨੇ? ਨਹੀਂ, ਪੈਸਾ ਤਾਂ ਚਲੋ ਮਿਲਣਾ ਚਾਹੀਦਾ ਵੀ ਚਲੋ ਜ਼ਰੂਰੀ ਆ। ਵੈਸੇ ਹੁਣ ਕਿਸਾਨ ਨੂੰ ਤਾਂ ਮੇਨ ਮੁੱਦਾ ਹੋਇਆ ਹੋਇਆ ਅੱਗ ਦਾ ਜੀ, ਵੀ ਅੱਗ ਲਾਉਣ ਦੀ ਦਿੱਕਤ ਆ ਰਹੀ ਆ। ਕਿਸਾਨ ਜਿਹੜੇ ਛੋਟੇ ਕਿਸਾਨ ਨੇ ਉਹ ਨਹੀਂ ਹਲੇ ਇਹਦਾ ਹੱਲ ਕਰ ਪਾ ਰਹੇ ਵੀ ਆਪਾਂ ਪਰਾਲੀ ਵਿੱਚ ਬਾਹੀਏ ਜਾਂ ਕੁਛ ਵੀ ਕਰੀਏ। ਉਹਨਾਂ ਨੂੰ ਤਾਂ ਆਏ ਆ ਜੀ ਵੀ ਸਾਡਾ ਖੇਤ ਸਾਫ਼ ਹੋ ਜਾਵੇ, ਬਸ ਸਾਨੂੰ ਹੋਰ ਕੁਛ ਨਹੀਂ ਚਾਹੀਦਾ ਹੈਗਾ, ਵੀ ਲੈ ਜਾਓ ਪਰਾਲੀ। ਤੁਹਾਡੇ ਪਿੰਡਾਂ ਦੇ ਵਿੱਚ ਹੁਣ ਜਿਵੇਂ ਤੁਸੀਂ ਕਿਹਾ ਵੀ ਇਹ ਸੇਹ ਅਤੇ ਸਲੌਦੀ ਦੇ ਵਿੱਚੋਂ ਚੱਕਦੇ ਨੇ, ਤਾਂ ਪਿੰਡ ਦੇ ਵਿੱਚ ਹੁਣ ਚਲੋ ਮਸ਼ੀਨ ਵੀ ਮਿਲੀ ਹੋਈ ਹੈ, ਫਾਇਦਾ ਵੀ ਹੋ ਰਿਹਾ ਸਾਨੂੰ, ਤਾਂ ਕਿੰਨੇ ਕੁ ਲੋਕਾਂ ਨੇ ਫਾਇਦਾ ਲੈ ਲਿਆ ਇਹਦਾ? ਅੱਗ ਕਿੰਨੇ ਕਿੰਨੇ ਲਾਤੀ ਫਿਰ? ਨਹੀਂ, ਅੱਗ ਤਾਂ ਆਪਣੇ ਪਿੰਡਾਂ ਕਨੀ ਤਾਂ ਸਾਡੇ ਪਿੰਡਾਂ ਕਨੀ ਤਾਂ ਬਹੁਤ ਫਰਕ ਆ ਜੀ। ਅੱਛਾ। ਹਾਂ, ਜਿਹੜਾ ਬੰਦਾ ਕੋਈ ਜ਼ਿਆਦਾ ਕਾਹਲੀ ਕਰਦਾ ਵੀ ਜੀ ਕਿ ਹੁਣ ਸੀਜ਼ਨ ਦਾ ਟਾਈਮ ਆ ਜੀ, ਮਸ਼ੀਨ ਨੂੰ ਕਈ ਵਾਰੀ ਟਾਈਮ ਲੱਗ ਜਾਂਦਾ ਵੀ 2 ਦਿਨ ਇੱਧਰ ਉੱਧਰ ਹੋ ਜਾਂਦਾ, ਪਰ ਕਈ ਬੰਦੇ ਜਿਹੜੇ ਨਹੀਂ ਕਾਹਲੀ ਕਰਦੇ ਨੇ ਜ਼ਿਆਦਾ ਫਿਰ ਉਹ ਅੱਗ ਵੀ ਲਾ ਦਿੰਦੇ ਨੇ ਜੀ। ਵੈਸੇ ਇਹਦਾ 2 ਦਿਨ ਦੇ ਵਿੱਚ ਵਿੱਚ ਚੱਕ ਕੇ ਲੈ ਜਾਂਦੇ ਨੇ, ਜ਼ਿਆਦਾ ਟਾਈਮ ਵੀ ਲੱਗਦੇ, ਮਾੜਾ ਜਿਹਾ ਸੁੱਕੇ ਤਾਂ 30 ਕੁ ਦਿਨ ਲੈ ਜਾਂਦੇ ਨੇ ਚੱਕ ਕੇ ਜੀ। ਠੀਕ ਹੈ। ਅਤੇ ਜਿਵੇਂ ਇਹ ਜਿਹੜੀਆਂ ਮਸ਼ੀਨਾਂ ਨੇ ਮਹਿੰਗੀਆਂ ਤਾਂ ਬਹੁਤ ਨੇ, ਆਮ ਪਿੰਡਾਂ ਦੇ ਵਿੱਚ ਭਾਵੇਂ ਲੋਕ ਇਕੱਠੇ ਹੋ ਕੇ ਵੀ ਇਹਨੂੰ ਨਹੀਂ ਲੈ ਸਕਦੇ, ਖਰਚਾ ਹੀ ਬਹੁਤ ਔਖਾ। ਅਤੇ ਜੋ ਕੰਮ ਸਰਕਾਰ ਨੂੰ ਕਰਨਾ ਚਾਹੀਦਾ ਉਹ ਹੁਣ ਜਿਹੜੇ ਪ੍ਰਾਈਵੇਟ ਲੋਕ ਨੇ, ਕੰਪਨੀਆਂ ਨੇ, ਉਹ ਪੈਸਾ ਇੰਨਾ ਇਨਵੈਸਟ ਕਰਕੇ ਖਰਚ ਕੇ ਸਾਡੀਆਂ ਮਸ਼ੀਨਾਂ ਲਿਆਈਆਂ ਨੇ, ਜਿਸ ਕਰਕੇ ਕਿਸਾਨਾਂ ਨੂੰ ਤਾਂ ਫਾਇਦਾ ਹੈ ਅਤੇ ਵਾਤਾਵਰਨ ਨੂੰ ਵੀ ਫਾਇਦਾ, ਪੰਜਾਬ ਨੂੰ ਵੀ ਫਾਇਦਾ, ਵੀ ਇੱਕ ਤਾਂ ਅੱਗ ਨਹੀਂ ਲੱਗ ਰਹੀ, ਅਤੇ ਦੂਜਾ ਕਿਸਾਨਾਂ ਦੇ ਖੇਤਾਂ ਦੇ ਵਿੱਚੋਂ ਅਗੱਠਾਂ ਬਣਾ ਕੇ ਨਾਲੇ ਤਾਂ ਉਹ ਪਰਾਲੀ ਚੱਕ ਕੇ ਲੈ ਜਾਂਦੇ ਨੇ ਅਤੇ ਨਾਲੇ ਕੋਈ ਪੈਸਾ ਵੀ ਨਹੀਂ ਲੈਂਦੇ। ਦੂਜੇ ਪਾਸੇ ਕਿਸਾਨ ਜਥੇਬੰਦੀ ਜਾਂ ਕਿਸਾਨ ਕਹਿੰਦੇ ਨੇ ਵੀ ਸਾਨੂੰ ਸਰਕਾਰ ਵੱਧ ਪੈਸੇ ਦੇਵੇ ਤਾਂ ਉਹ ਜਿਹੜਾ ਪਰਾਲੀ 'ਤੇ ਸਾਡਾ ਖਰਚਾ ਆਉਂਦਾ ਉਹ ਅਸੀਂ ਉਹ ਕੱਢ ਸਕੀਏ, ਪਰ ਦੂਜੇ ਪਾਸੇ ਇਹ ਅਧਾਰ ਹੈ ਪ੍ਰਾਈਵੇਟ ਸੰਸਥਾਵਾਂ, ਇੰਨਾ ਪੈਸਾ ਇੰਨੇ ਲੋਕ ਖਰਚ ਕੇ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਫਾਇਦਾ ਹੋ ਰਿਹਾ, ਤਾਂ ਹੀ ਉਹਨਾਂ ਨੇ ਐਡੀਆਂ ਜਿਹੜੀਆਂ ਮਸ਼ੀਨਾਂ ਨੇ ਉਹ ਖਰੀਦੀਆਂ ਹੋਈਆਂ ਨੇ। ਕੀ ਪੰਜਾਬ ਦੇ ਕਿਸਾਨ ਦੇ ਲਈ ਸਰਕਾਰ ਕੁਝ ਅਜਿਹਾ ਨਹੀਂ ਕਰ ਸਕਦੀ ਕਿ ਇਹੋ ਜਿਹੀਆਂ ਮਸ਼ੀਨਾਂ ਸਰਕਾਰ ਪ੍ਰੋਵਾਈਡ ਕਰੇ ਅਤੇ ਲੋਕਾਂ ਨੂੰ, ਕਿਸਾਨਾਂ ਨੂੰ ਉਹਦੀ ਪਰਾਲੀ ਦਾ ਵੀ ਮੁੱਲ ਮਿਲੇ? ਜੇ ਉਹਨਾਂ ਨੂੰ ਪਰਾਲੀ ਦਾ ਮੁੱਲ ਮਿਲੂਗਾ ਤਾਂ ਕੋਈ ਕਿਸਾਨ ਪੈਸੇ ਨੂੰ ਥੋੜ੍ਹਾ ਅੱਗ ਲਾਊਗਾ। ਆਮ ਗੱਲ ਆ ਵੀ ਜੇਕਰ ਪੈਸਾ ਨਹੀਂ ਮਿਲਦਾ ਤਾਂ ਇਨਸਾਨ ਨੁਕਸਾਨ ਵੀ ਕਰਦਾ, ਤਾਂ ਹੀ ਪੰਜਾਬ ਦੇ ਕਿਸਾਨ ਜੇ ਉਹਨਾਂ ਨੂੰ ਜੇ ਪੈਸਾ ਮਿਲੇ ਤਾਂ ਨਾ ਉਹ ਪਰਾਲੀ ਸਾੜਨ ਨਾ ਹੀ ਵਾਤਾਵਰਨ ਜਿਹੜਾ ਖਰਾਬ ਹੋਵੇ। ਸੋ ਇਹ ਇੱਕ ਬੜਾ
ਪੰਜਾਬ ਦੇ ਕਿਸਾਨਾਂ ਨੂੰ ਜੇਕਰ ਤੁਸੀਂ ਸਰਕਾਰਾਂ ਨੇ ਅੱਗ ਲਾਉਣ ਤੋਂ ਰੋਕਣਾ ਤਾਂ ਇਹੋ ਜਿਹੀ ਮਸ਼ੀਨਰੀ ਲੋਕਾਂ ਨੂੰ ਬਹੁਤ ਘੱਟ ਮੁੱਲ 'ਤੇ ਅਤੇ ਸੌਖੇ ਤਰੀਕੇ ਨਾਲ ਮੁਹੱਈਆ ਕਰਵਾਉਣੀ ਚਾਹੀਦੀ ਅਤੇ ਉਹਨਾਂ ਦੀ ਪਰਾਲੀ ਦਾ ਮੁੱਲ ਵੀ ਮਿਲਣਾ ਚਾਹੀਦਾ। For more news updates and entertainment videos, please subscribe our channel. For all latest notification, don't forget to press the bell icon.